ਢੇਰ ਸਾਰੀਆਂ ਵਧਾਈਆਂ ਹੋਣ ਜਿਨ੍ਹਾਂ ਦੇ ਅੱਜ ਬਰਥਡੇ ਨੇ, ਬੜੀ ਖੁਸ਼ੀ ਦਾ ਮੌਕਾ ਹੈ। ਪਰ ਅਸਲ ਵਿੱਚ ਸਭ ਰੋਗਾਂ ਦੀ ਇੱਕ ਦਵਾਈ ਆਓ ਹੱਸੀਏ ਮੇਰੇ ਭੈਣ ਭਾਈ ਕਹਿੰਦੇ ਨੇ, ਅਤੇ ਆਪਾਂ ਤਣਾਅ ਮੁਕਤ ਹੋਣਾ ਅਤੇ ਆਪਣੇ ਆਪ ਦਾ ਸਵਾਗਤ ਕਰੀਏ, ਅਤੇ ਜਿਹੜੇ 5-7 ਮਿੰਟ ਹੈਗੇ ਨੇ ਨਾ ਆਪਾਂ ਖੁਸ਼ੀਆਂ ਵੰਡਣੀਆਂ ਨੇ, ਹੱਸਣਾ, ਆਪਣੇ ਆਪ ਦਾ ਸਵਾਗਤ ਕਰੋ ਜੀ। ਜਿਹੜਾ ਤਣਾਅ ਹੈ ਨਾ, ਇਹ ਸਾਡਾ ਆਪਣਾ ਹੀ ਸਹੇੜਿਆ ਹੋਇਆ, ਅਤੇ ਜਿਵੇਂ ਕਹਿੰਦੇ ਨਾ ਕੁਛ ਨਾ ਅਸੀਂ ਐਕਸਪੈਕਟ ਜ਼ਿਆਦਾ ਕਰਦੇ ਹਾਂ ਲੋਕਾਂ ਕੋਲੋਂ ਤਾਂ ਕਰਦੇ ਹਾਂ, ਅਸੀਂ ਆਪਣੇ ਆਪ ਤੋਂ ਬਹੁਤ ਐਕਸਪੈਕਟ ਕਰਦੇ ਹਾਂ। ਜਿਵੇਂ ਹੁਣ ਪਤੀ ਹੈ, ਉਹ ਆਪਣੇ ਆਪ ਤੋਂ ਐਕਸਪੈਕਟ ਕਰਦਾ ਵੀ ਮੈਂ ਆਪਣੀ ਪਤਨੀ ਨੂੰ ਸਦਾ ਖੁਸ਼ ਰੱਖਣਾ, ਅਤੇ ਪਤਨੀ ਜਿਹੜੀ ਹੈ ਉਹ ਆਪਣੇ ਆਪ ਤੋਂ ਐਕਸਪੈਕਟ ਕਰਦੀ ਵੀ ਮੈਂ ਪਤੀ ਨੂੰ ਖੁਸ਼ ਰੱਖਣਾ। ਦਿਸ ਇਜ਼ ਟੂ ਮੱਚ। ਇਹ ਐਕਸਪੈਕਟੇਸ਼ਨ ਆਪਣੇ ਤੋਂ ਨਹੀਂ ਰੱਖਣੀਆਂ ਚਾਹੀਦੀਆਂ, ਕਿਉਂਕਿ ਇਹਦੇ ਨਾਲ ਤਾਂ ਫਿਰ ਉਹੀ ਚੀਜ਼ ਹੁੰਦੀ ਹੈ ਨਾ ਜਿਹੜੀ ਤੁਸੀਂ ਕਰ ਨਹੀਂ ਸਕਦੇ ਹੋ ਉਹ ਤੁਸੀਂ ਕਰਦੇ ਹੋ। ਕਿਉਂਕਿ ਦੁਨੀਆਂ ਵਿੱਚ ਕੋਈ ਨਾ ਕੋਈ ਪਤਨੀ ਅੱਜ ਤੱਕ ਖੁਸ਼ ਹੋਈ ਹੈ ਪਤੀ ਕੋਲੋਂ, ਅਤੇ ਨਾ ਹੀ ਪਤੀ ਖੁਸ਼ ਹੋਇਆ। ਸੋ ਇਹ ਐਕਸਪੈਕਟੇਸ਼ਨ ਹੀ ਨਹੀਂ ਹੋਣੀ ਚਾਹੀਦੀ। ਮੈਂ ਇਹ ਜ਼ਿਕਰ ਕਰਨਾ ਚਾਹੁੰਦਾ ਕਿ ਗਾਲਿਬ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਜਿਹੜੀ ਮੁਹੱਬਤ ਹੈ, ਜਿਹੜਾ ਪਿਆਰ ਹੈ, ਇਹ ਇੱਕ ਤਰਫਾ ਹੋਣਾ ਚਾਹੀਦਾ ਹੈ ਜਾਂ ਦੋ ਤਰਫਾ ਹੋਣਾ ਚਾਹੀਦਾ। ਅਤੇ ਗਾਲਿਬ ਸਾਹਿਬ ਨੇ ਥੋੜ੍ਹਾ ਜਿਹਾ ਸੋਚ ਕੇ ਕਿਹਾ ਵੀ ਇੱਕ ਤਰਫਾ ਹੋਣਾ ਚਾਹੀਦਾ, ਕਿਉਂਕਿ ਦੋ ਤਰਫਾ ਹੋਣ ਨਾਲ ਵਿਆਹ ਹੋ ਜਾਣ ਦਾ ਖਤਰਾ ਹੁੰਦਾ। ਜੀ ਗਾਲਿਬ ਸਾਹਿਬ ਨੂੰ ਪੁੱਛਿਆ ਕਿਸੇ ਵੀ ਜਿਹੜਾ ਪਿਆਰ ਹੈ ਜਾਂ ਮੁਹੱਬਤ ਹੈ ਉਹ ਵਿਆਹ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਜਾਂ ਬਾਅਦ ਵਿੱਚ, ਉਹ ਫਿਰ ਸੋਚ ਕੇ ਕਹਿਣ ਲੱਗੇ ਵੀ ਜਦੋਂ ਮਰਜ਼ੀ ਕਰ ਲਓ, ਬਸ ਇੰਨਾ ਖਿਆਲ ਰੱਖਣਾ ਕਿ ਪਤਨੀ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਪਤਨੀ ਨੂੰ ਕਹਿੰਦੇ ਨੇ ਜੀ ਲਕਸ਼ਮੀ ਹੈ। ਜੇ ਪਤਨੀ ਲਕਸ਼ਮੀ ਹੈ ਤੇ ਗਰਲਫ੍ਰੈਂਡ ਕੀ ਹੈ? ਪਤਨੀ ਲਕਸ਼ਮੀ ਹੈ ਤੇ ਗਰਲਫ੍ਰੈਂਡ ਬਲੈਕ ਮਨੀ ਹੈ। ਅਕਸਰ ਕਹਿੰਦੇ ਨੇ ਕਿ ਜਿਹੜੀਆਂ ਪਤਨੀਆਂ ਨੇ ਨਾ ਪਤੀ ਨੂੰ ਆਪਣੀਆਂ ਮੁਸ਼ਕਲਾਂ ਦੱਸਦੀਆਂ ਨੇ, ਪਰ ਪਤੀ ਜਿਹੜੇ ਨੇ ਉਹ ਆਪਣੀਆਂ ਮੁਸ਼ਕਲਾਂ ਕਦੇ ਨਹੀਂ ਦੱਸਦੇ ਪਤਨੀਆਂ। ਕਿਸੇ ਪੁੱਛਿਆ ਵੀ ਪਤੀ ਆਪਣੀਆਂ ਪਤਨੀਆਂ ਨੂੰ ਮੁਸ਼ਕਲਾਂ ਕਿਉਂ ਨਹੀਂ ਦੱਸਦੇ? ਤਾਂ ਉਹਦਾ ਜਵਾਬ ਉਹਨੇ ਦਿੱਤਾ ਵੀ ਜਿਹੜਾ ਮਲੇਰੀਆ ਹੈ ਨਾ, ਇਹ ਮੱਛਰ ਨਾਲ ਡਿਸਕਸ ਨਹੀਂ ਕੀਤਾ ਜਾਂਦਾ। ਇੱਕ ਪਤਨੀ ਨਾ ਰਸਗੁੱਲੇ ਖਾ ਰਹੀ ਸੀ, ਆਪਣਾ ਮੌਜ ਮਸਤੀ ਰਸਗੁੱਲੇ ਖਾ ਰਹੀ ਸੀ, ਤੇ ਪਤੀ ਕੋਲ ਬੈਠਾ ਹੋਇਆ ਸੀ, ਤੇ ਪਤੀ ਕਹਿਣ ਲੱਗਿਆ ਬਈ ਸਾਨੂੰ ਮੈਨੂੰ ਵੀ ਰਸਗੁੱਲੇ ਦਾ ਸਵਾਦ ਚਖਾ ਦੇ, ਤੇ ਉਹਨੇ ਉਹਨੂੰ ਇੱਕ ਰਸਗੁੱਲਾ ਦੇ ਦਿੱਤਾ। ਤੇ ਪਤੀ ਕਹਿਣ ਲੱਗਿਆ ਬਸ ਇੱਕ? ਕਹਿੰਦੀ ਬਾਕੀ ਰਸਗੁੱਲਿਆਂ ਦਾ ਵੀ ਇਹੀ ਸਵਾਦ ਹੈ, ਕਰਕੇ ਪਤਨੀ ਨਾਲ ਪੰਗਾ ਨਹੀਂ ਲੈਣਾ। ਜਿਹੜੇ ਬੰਦੇ ਹੁੰਦੇ ਨੇ ਨਾ, ਇਹ ਬੰਦੇ ਜਿਹੜੇ ਨੇ ਨਾ, ਇਹ ਬੜੇ ਤਿੱਖੇ ਸੁਭਾਅ ਦੇ ਹੁੰਦੇ ਨੇ, ਬੜੇ ਤੇਜ਼ ਮਿਜ਼ਾਜ ਦੇ ਹੁੰਦੇ ਨੇ, ਤਿੱਖੇ ਤੇ ਜਿਵੇਂ ਹਰੀ ਮਿਰਚੀ ਹੁੰਦੀ ਨਾ, ਤਿੱਖੇ ਤੇ ਤੇਜ਼। ਪਰ ਜਿੰਨੇ ਮਰਜ਼ੀ ਤਿੱਖੇ ਤੇ ਤੇਜ਼ ਹੋ ਲੈਣ, ਪਤਨੀਆਂ ਉਹਨਾਂ ਦਾ ਆਚਾਰ ਬਣਾ ਹੀ ਲੈਂਦੀਆਂ। ਇੱਕ ਡਾਕਟਰ ਨੇ ਜਦੋਂ ਦਵਾਈ ਦਿੱਤੀ ਨਾ ਮਰੀਜ਼ ਨੂੰ, ਤੇ ਉਹ ਮਰੀਜ਼ ਨੇ ਸਹਿਜ ਸੁਭਾਅ ਹੀ ਪੁੱਛਿਆ ਬਈ ਇਹ ਤੁਸੀਂ ਪੇਨ ਕਿਲਰ ਦਿੱਤਾ ਮੈਨੂੰ, ਇਹ ਮੈਂ ਜਦੋਂ ਗੋਲੀ ਲਾਂਗਾ ਤਾਂ ਇਹ ਪੇਨ ਕਿਲਰ ਗੋਲੀ ਨੂੰ ਕਿਵੇਂ ਪਤਾ ਕਿ ਪੇਨ ਕਿੱਥੇ ਹੈ? ਪੇਨ ਕਿਲਰ ਨੂੰ ਕਿਵੇਂ ਪਤਾ ਲੱਗੇਗਾ ਵੀ ਪੇਨ ਕਿੱਥੇ ਹੈ? ਉਹ ਡਾਕਟਰ ਬੜਾ ਸਿਆਣਾ ਸੀ, ਕਹਿੰਦਾ ਇਹ ਜਿਹੜਾ ਪੇਨ ਕਿਲਰ ਹੁੰਦਾ ਨਾ, ਇਹ ਬਿਲਕੁਲ ਜਨਾਨੀਆਂ ਵਰਗਾ ਹੁੰਦਾ, ਉਹਨਾਂ ਨੂੰ ਸਾਰੀ ਖਬਰ ਹੁੰਦੀ ਆ ਕਿੱਥੇ ਕੀ ਹੈਗਾ। ਉਹ ਇਸ ਤਰ੍ਹਾਂ ਹੋਇਆ ਜੀ, ਦੋ ਕੁੜਮ ਨਾ ਇਕੱਠੇ ਬੈਠੇ ਹੋਏ ਸੀ,
ਦੋ ਕੁੜਮ ਤੇ ਗੱਲਾਂ ਬਾਤਾਂ ਤੋਂ ਬਾਅਦ ਇੱਕ ਕਹਿਣ ਲੱਗਿਆ ਦੂਜੇ ਨੂੰ ਬਈ ਬਣਾਵਾਂ ਪੈਗ, ਕਹਿੰਦਾ ਹਾਂ ਬਣਾ ਦੇ ਵੀ ਰਾਤੀ ਨੀਂਦ ਚੰਗੀ ਆਏਗੀ। ਉਹ ਕਹਿੰਦਾ ਫਿਰ ਇਹਦੇ ਚ ਪਾਣੀ ਕਿੰਨਾ ਪਾਵਾਂ, ਕਹਿੰਦਾ ਨਾ ਬਿਲਕੁਲ ਨਹੀਂ ਪਾਣੀ ਤਾਂ ਬਿਲਕੁਲ ਨਹੀਂ ਪਾਣੀ, ਅਸੀਂ ਧੀ ਦੇ ਘਰ ਦਾ ਪਾਣੀ ਨਹੀਂ ਪੀਂਦੇ। ਕੋਈ ਕਹਿ ਰਿਹਾ ਸੀ ਕਿ ਦੇਖੋ ਪਤਨੀਆਂ ਦੇ ਕਿੰਨੇ ਨਖਰੇ ਹੁੰਦੇ ਨੇ, ਪਤਨੀਆਂ ਦੇ ਨਖਰੇ ਹੁੰਦੇ ਨੇ ਜੀ, ਤੁਹਾਡਾ ਦੋਸਤ ਜਿਹੜਾ ਨਾ ਉਹ ਬੜਾ ਮਾੜਾ, ਉਹ ਬੜਾ ਭੈੜਾ, ਉਹਦੇ ਵਿੱਚ ਬੜੇ ਐਬ ਨੇ। ਉਹ ਬੰਦੇ ਦੇਖੋ ਕਿੰਨੇ ਸਿੰਪਲ ਮਾਈਂਡਡ ਨੇ, ਉਹਨਾਂ ਨੂੰ ਪਤਨੀ ਦੀਆਂ ਸਾਰੀਆਂ ਸਹੇਲੀਆਂ ਹੀ ਪਸੰਦ ਨੇ। ਤੇ ਕੋਈ ਦੱਸ ਰਿਹਾ ਸੀ ਵੀ ਜਿਹੜਾ ਵੇਲਣਾ ਹੈ ਨਾ, ਵੇਲਣੇ ਦੇ ਦੋ ਸੁੱਖ ਹੈਗੇ ਨੇ ਬੜੇ ਵੱਡੇ। ਵੇਲਣਾ ਰੋਟੀ ਨੂੰ ਤਾਂ ਗੋਲ ਕਰ ਦਿੰਦਾ ਤੇ ਬੰਦੇ ਨੂੰ ਸਿੱਧਾ ਕਰ ਦਿੰਦਾ। ਇੰਡੀਆ ਵਿੱਚ ਨਾ ਉਹਨਾਂ ਨੇ ਡਾਟਾ ਕਲੈਕਟ ਕੀਤਾ ਕਿ 1000 ਬੰਦੇ ਮਗਰ 943 ਕੁੜੀਆਂ ਹੁੰਦੀਆਂ। ਲੇਟੈਸਟ ਡਾਟਾ ਆਇਆ ਵੀ 1000 ਬੰਦੇ ਮਗਰ 943 ਕੁੜੀਆਂ ਨੇ, ਤੇ ਜਿਹੜੇ 57 ਬੰਦੇ ਹੈਗੇ ਨੇ ਜਿਹੜੇ ਵਿੱਚੋਂ 943 ਤਾਂ ਕੁੜੀਆਂ ਹੋ ਗਈਆਂ ਨਾ, ਤੇ ਉਹ 943 ਵਿਆਹੇ ਗਏ, ਬਾਕੀ ਦੇ ਜਿਹੜੇ 57 ਨੇ ਨਾ ਉਹਨਾਂ ਵਿੱਚੋਂ ਹੀ ਕੋਈ ਵਾਜਪਾਈ ਬਣਦਾ, ਕੋਈ ਅਬਦੁਲ ਕਲਾਮ ਬਣਦਾ, ਕੋਈ ਰਤਨ ਟਾਟਾ ਬਣਦਾ, ਕੋਈ ਜੋਗੀ ਬਣਦਾ ਤੇ ਕੋਈ ਮੋਦੀ ਬਣਦਾ। ਜਿਹੜੇ 943 ਨੇ ਨਾ ਉਹ ਕੁੱਕਰ ਦੀ ਤੀਜੀ ਸੀਟੀ ਵੱਜਣ ਤੋਂ ਬਾਅਦ ਗੈਸ ਬੰਦ ਕਰ ਦੇ, ਖੁਸ਼ ਰਹੋ, ਖੁਸ਼ਹਾਲ ਰਹੋ, ਹੱਸਦੇ ਰਹੋ।